जलंधर दी थाना पारगव कैंप पुलिस ने बिल्ला कलोनी च दो नौजवानों द्वारा एक महिला दे घर फायरिंग करन दे मामले विच पुलिस ने दोनों आरोपियों नु गिरफ्तार कर लिया, जिन्हां पासों दो पिस्तौल बरामद कीते गए हन। थाना पारगव कैंप च प्रेस वार्ता कर रहे ACP मुराद जसवीर सिंह गिल ने जानकारी दिंदे होए दस्सिया कि 10 तरीक नु बिरला कलोनी च दो नौजवानों द्वारा गोलियां चलाउण दा मामला सामने आया सी, जिस विच एक आरोपी मानिक बब्बर ने हिमाचल दे सोलन जिले तो अते दूसरे मनीष सूरी नु जलंधर तो गिरफ्तार कीता है, जिन्हां पासों दो पिस्तौलां दे नाल जिंदा कारतूस भी बरामद कीते। फिलहाल पुलिस वल्लों पूरे मामले दी जांच पड़ताल कीती जा रही है। ਇਸ ਜੋ ਇੱਕ ਡੋਲੀ ਪੈਲੇਸ ਦੇ ਨਜ਼ਦੀਕ ਸਰ ਗੋਲੀ ਚੱਲਣ ਦਾ ਮਾਮਲਾ ਜੋ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ, ਉਹਦੇ ਬਾਰੇ ਕੀ ਕਹਿਣਾ? ਸਵੇਰੇ 4:30 ਤੋਂ 5 ਵਜੇ ਦੇ ਵਿੱਚ ਤਰੀਕ 10 ਸਾਡੇ ਕੋਲ ਇੱਕ ਖਬਰ ਆਉਂਦੀ ਹੈ ਜੀ ਕਿ ਗੋਲੀਆਂ ਚੱਲੀਆਂ ਨੇ। ਅਸੀਂ ਮੌਕੇ 'ਤੇ ਜਾ ਕੇ ਦੇਖਿਆ ਅਤੇ ਸਾਰੀ ਇਨਫੋਰਮੇਸ਼ਨ ਇਕੱਠੀ ਕਰਕੇ ਆਪਣੇ ਸੁਪੀਰੀਅਰਸ ਨੂੰ ਦੱਸਿਆ ਅਤੇ ਫਿਰ ਮਾਨਯੋਗ CP ਸਾਹਿਬ ਦੀ ਅਗਵਾਈ ਦੇ ਹੇਠ ਅਸੀਂ ਆਪਣੀ ਟੀਮਸ ਬਣਾ ਕੇ ਇੱਕ ਨੂੰ ਸੋਲਨ ਰਵਾਨਾ ਕੀਤਾ, ਜਿਸ 'ਚ ਮੈਂ ਖੁਦ ਗਿਆ ਅਤੇ ਇੱਕ ਨੂੰ ਟੀਮ ਨੂੰ ਇੱਥੇ ਰੱਖਿਆ, ਜਿਹਦੇ ਵਿੱਚ ਇੰਸਪੈਕਟਰ ਅਜੈਬ ਸਿੰਘ ਨੇ ਇੱਕ ਦੂਸਰੇ ਲੜਕੇ ਨੂੰ ਰਾਊਂਡ ਅਪ ਕੀਤਾ ਜੀ। ਇਸ ਦੇ ਵਿੱਚ ਸੋਲਨ ਤੋਂ ਅਸੀਂ ਮਾਨਿਕ ਬੱਬਰ ਨੂੰ ਅਰੈਸਟ ਕਰਕੇ ਲਿਆਏ ਹਾਂ ਅਤੇ ਇੱਥੇ ਅਭਿਮਨਿਊ ਸੂਰੀ ਨੂੰ ਅਸੀਂ ਅਰੈਸਟ ਕੀਤਾ ਜੀ। ਇਹਨਾਂ ਦੇ ਕੋਲੋਂ ਦੋ ਪਿਸਟਲਸ ਵੀ ਬਰਾਮਦ ਕੀਤੀਆਂ ਨੇ ਅਤੇ ਜਿੰਦਾ ਰੌਂਦ ਵੀ ਮਿਲੇ ਨੇ ਜੀ। ਅਤੇ ਬਸ ਸਰ, ਕੋਈ ਪੁਰਾਣੀ ਰੰਜਿਸ਼ ਦਾ ਕੋਈ ਕੀ ਨਿਕਲਿਆ ਕਿ ਇਹਨਾਂ ਕੋਲ? ਸਭ ਕੁਛ ਤਫਤੀਸ਼ ਦੇ ਅੰਡਰ ਹੈ, ਜਿਵੇਂ ਹੀ ਪਤਾ ਚੱਲਿਆ ਤੁਹਾਨੂੰ ਦੱਸ ਦਿੱਤਾ ਜਾਵੇ। ਸਰ, ਕੋਈ ਮਾਮਲਾ ਦਰਜ ਪਹਿਲਾਂ ਇਹਨਾਂ ਦੇ? ਮਾਮਲਾ ਇਹਨਾਂ ਦੇ ਅਗੇਂਸਟ ਦਰਜ ਹੈ ਜੀ, ਉਹ ਇਟ ਇਜ਼ ਅੰਡਰ ਪ੍ਰੋਸੈਸ, ਆਈ ਵਿਲ ਲੈਟ ਯੂ ਨੋ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਜੇਕਰ ਤੁਸੀਂ ਦਰਦਰ ਦੀਆਂ ਠੋਕਰਾਂ ਖਾ ਕੇ ਅੱਕ ਚੁੱਕੇ ਹੋ ਤਾਂ ਹੁਣ ਨਾ ਘਬਰਾਓ, ਤੁਹਾਡੀ ਹਰ ਸਮੱਸਿਆ ਦਾ ਹੱਲ ਹੁਣ ਸ਼੍ਰੀ ਸ਼ਾਮ ਜੋਤਿਸ਼ ਕੇਂਦਰ ਫਲੋਰ ਵਾਲੇ ਕਰਨਗੇ। ਜਿਵੇਂ ਕਾਰੋਬਾਰ ਚ ਘਾਟਾ, ਘਰ ਵਿਚ ਕਲੇਸ਼, ਵਿਦੇਸ਼ ਯਾਤਰਾ ਜਾਂ ਵਿਦੇਸ਼ ਵਿਚ ਪੱਕੇ ਹੋਣਾ, ਵਿਆਹ ਜਾਂ ਵਿਆਹ ਵਿਚ ਦੇਰੀ ਹੋਣਾ, ਬਿਮਾਰੀ ਤੋਂ ਛੁਟਕਾਰਾ, ਸੰਤਾਨ ਸੁੱਖ, ਪੜ੍ਹਾਈ ਵਿਚ ਮਨ ਨਾ ਲੱਗਣਾ, ਮਨਚਾਹਾ ਪਿਆਰ, ਨਸ਼ੇ ਤੋਂ ਛੁਟਕਾਰਾ, ਲਵ ਮੈਰਿਜ ਵਾਸਤੇ ਘਰ ਵਾਲਿਆਂ ਨੂੰ ਮਨਾਉਣਾ, ਹਰ ਸਮੱਸਿਆ ਦਾ ਹੱਲ 100% ਗਰੰਟੀ ਨਾਲ ਪੰਡਿਤ ਰਮੇਸ਼ ਕੁਮਾਰ ਜੀ ਵੱਲੋਂ ਕੀਤਾ ਜਾਂਦਾ ਹੈ। ਇੱਥੇ ਗੰਡਮੂਲ ਪੂਜਾ, ਮੰਗਲਿਕ ਪੂਜਾ ਅਤੇ ਟੇਵਾ ਵੀ ਬਣਾਇਆ ਜਾਂਦਾ ਹੈ। ਤੁਸੀਂ ਰੋਂਦੇ ਹੋਏ ਆਓਗੇ ਤਾਂ ਹੱਸਦੇ ਹੋਏ ਜਾਓਗੇ। ਸ਼੍ਰੀ ਸ਼ਾਮ ਜੋਤਿਸ਼ ਕੇਂਦਰ ਨਜ਼ਦੀਕ ਸੱਚ ਦੇਵਾ ਆਟੋ ਫਲੋਰ ਜ਼ਿਲ੍ਹਾ ਜਲੰਧਰ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰੋ। ਫੋਨ ਨੰਬਰ 95 929 0727।